डॉक्टर दर्शनपाल बत्ती किसान जथेबंदियां दी कमेटी दे विचो एक आगू तुहाडे नाल गल सांझी कर रहा हां कि कल दी मीटिंग दे विच जाण तों पहलां असी बहुत डिटेल दे विच परसों भी ते कल भी बत्ती किसान जथेबंदियां दी मीटिंग दे विच विचार चर्चा कीती। संयुक्त किसान मोर्चे दी 7 मैंबरी कमेटी दे विच विचार चर्चा कीती अते तय होया कि जो केंद्र सरकार वल्लों इह लगातार आ रहा है कि अगलियां मीटिंगां दे विच अमित शाह जी मीटिंग च जाण तों पहलां गल करना चाहुंदे हन कि उहदे जाया जावे जां ना जाया जावे। सारिआं ने तय कीता सर्वसंमति नाल कि जाके उह की कहना चाहुंदे हन बकायदा दस के जाया जावे अते जाण तों बाद भी बकायदा प्रैस नाल सांझा कीता जावे कि की गल होई है की नहीं होई है। सो उहदे विच असीं तय करके 13 मैंबरी कमेटी जिहदे विच 7 मैंबरी संयुक्त किसान मोर्चे दे आगू शामिल सन अते बाकी 6 साथी पंजाब दीआं किसान जथेबंदियां दे आगू सन उहनां नूं उह गए उत्थे। इहदे विच साडे पंजाब दी भारतीय किसान यूनियन एकता उगराहां दे साथियां नूं सद्दा पत्र नहीं सी इस करके उह नहीं जा सके, सानूं उत्थे जाण तों बाद ही पता लग्गिआ। दूसरी गल इहदे च अगली इह है कि जदों असीं उत्थे गए ਤਾਂ ਉਹਨਾਂ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਆਓ ਆਪਾਂ ਇਹਦੇ ਵਿੱਚ ਕਾਨੂੰਨ ਦੇ ਵਿੱਚ ਜੋ ਵੀ ਮੱਦਾਂ ਨੇ ਉਹ ਇੱਕ ਇੱਕ ਮੱਦ ਬਾਰੇ ਗੱਲ ਕਰੀਏ ਕਿਹੜੀ ਕਿਸਾਨ ਵਿਰੋਧੀ ਹੈ ਤਾਂ ਜੋ ਅਸੀਂ ਉਹਦੇ ਚ ਕੋਈ ਤਬਦੀਲੀਆਂ ਜਾਂ ਊਨਤਾਈਆਂ ਕੱਢ ਸਕੀਏ। ਕਿਸਾਨ ਜਥੇਬੰਦੀਆਂ ਨੇ ਦੋ ਟੁੱਕ ਜਵਾਬ ਦਿੱਤਾ ਕਿ ਅਸੀਂ ਪਹਿਲਾਂ ਹੀ ਸਾਰੀ ਗੱਲਬਾਤ ਕਰ ਚੁੱਕੇ ਹਾਂ ਤੇ ਰੱਦ ਕਰਾਉਣ ਵਾਸਤੇ ਅਸੀਂ ਪਹਿਲਾਂ ਵੀ ਆਏ ਸੀ ਤੇ ਅੱਜ ਵੀ ਉਸੇ ਵਾਸਤੇ ਆਏ ਹਾਂ ਕਿ ਤੁਸੀਂ ਰੱਦ ਕਰਨ ਲਈ ਤਿਆਰ ਹੋ। ਇਹ ਡਿਸਕਸ਼ਨ ਤੋਂ ਬਾਅਦ ਇਹ ਮੌਕੇ ਤੇ ਹਾਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਪ੍ਰਪੋਜ਼ਲ ਦਿੱਤੀ ਕਿ ਅਸੀਂ ਤੁਹਾਨੂੰ ਸਾਡੇ ਵੱਲੋਂ ਸਾਡੇ ਕੋਲ ਕੀ ਹੈ ਉਹਦੀ ਕੱਲ੍ਹ ਨੂੰ ਲਿਖਤੀ ਤੁਹਾਨੂੰ ਭੇਜ ਦਿੰਦੇ ਹਾਂ 11 ਵਜੇ ਤੱਕ ਅਤੇ ਤੁਸੀਂ ਉਸ 'ਤੇ ਵਿਚਾਰ ਕਰ ਲੈਣਾ। ਇੰਨੇ ਨਾਲ ਹੀ ਅੱਜ ਦੀ ਜਿਹੜੀ ਮੀਟਿੰਗ ਸੀ ਉਹ ਕੈਂਸਲ ਕੀਤੀ ਗਈ ਅਤੇ ਅਗਲੀ ਮੀਟਿੰਗ ਉਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਉਹ ਅਸੀਂ ਨਹੀਂ ਰੱਖੀ ਕਿਉਂਕਿ ਅਸੀਂ ਇਹ ਕਿਹਾ ਸੀ ਵੀ ਅਸੀਂ ਪ੍ਰਪੋਜ਼ਲ ਜਿਹੜੀ ਤੁਹਾਡੀ ਲਿਖਤੀ ਆਵੇਗੀ ਉਸ ਨੂੰ ਵੇਖ ਕੇ ਹੀ ਅਸੀਂ ਅਗਲੀ ਮੀਟਿੰਗ ਬਾਰੇ ਸੋਚਾਂਗੇ। ਸੋ ਪੂਰੀਆਂ ਸਾਰੀਆਂ ਦੇ ਸਾਰੀਆਂ ਕਿਸਾਨ ਜਥੇਬੰਦੀਆਂ ਇਹਦੇ 'ਤੇ ਇੱਕਜੁੱਟ ਸਨ ਅਤੇ ਹਨ। ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਉਹ ਅੱਡ ਗੱਡੀ 'ਚ ਗਏ ਸਨ, ਉਹਨਾਂ ਨੂੰ ਗੱਡੀ ਕਿਤੇ ਮਤਲਬ ਕਿ ਉਹ ਜਦੋਂ ਪਹੁੰਚਣ ਲੱਗੇ ਤਾਂ ਉਸ ਤੋਂ ਪਹਿਲਾਂ ਹੀ ਕੋਈ ਘਟਨਾ ਉਹਨਾਂ ਦੀ ਪੁਲਿਸ ਵਾਲਿਆਂ ਨਾਲ ਵਾਪਰੀ ਅਤੇ ਉਹ ਉੱਥੇ ਮਤਲਬ ਕਿ ਵਾਪਸ ਮੁੜਨ ਲੱਗੇ ਤਾਂ ਕੋਸ਼ਿਸ਼ ਕਰਕੇ ਉਹਨਾਂ ਨੂੰ ਵੀ ਮੀਟਿੰਗ ਦੇ ਵਿੱਚ ਸ਼ਾਮਿਲ ਕਰਾਇਆ ਗਿਆ। ਸੋ ਕੋਈ ਅਜਿਹੀ ਗੱਲ ਨਹੀਂ ਕਿ ਉਹਨਾਂ ਵੱਲੋਂ ਬਾਈਕਾਟ ਕੀਤਾ ਗਿਆ, ਉਹ ਮੌਕੇ 'ਤੇ ਕੋਈ ਇਸ ਕਿਸਮ ਦੀ ਘਟਨਾ ਵਾਪਰੀ ਸੀ। ਅਗਲੀ ਗੱਲ ਇਹ ਹੈ ਕਿ ਅਮਿਤ ਸ਼ਾਹ ਨੂੰ ਘੱਟੋ ਘੱਟ ਅੱਧੇ ਘੰਟੇ ਤੋਂ ਲੈ ਕੇ 40 ਮਿੰਟ ਤੱਕ ਕਿਸਾਨਾਂ ਨਾਲ ਗੱਲ ਕਰਨ ਲਈ ਵੇਟ ਕਰਨਾ ਪਿਆ। ਜਦੋਂ ਤੱਕ ਸਾਰੇ ਕਿਸਾਨ ਇਕੱਠੇ ਨਹੀਂ ਹੋਏ ਉਦੋਂ ਤੱਕ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ। ਸੋ ਸਾਰੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਲੋਕਾਂ ਸਾਰੇ ਕਿਸਾਨਾਂ ਸਾਰੇ ਦੇਸ਼ ਅਤੇ ਦੁਨੀਆਂ ਦੇ ਲੋਕਾਂ ਨੂੰ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਕਿਸਾਨ ਜਥੇਬੰਦੀਆਂ ਦੀ ਏਕਤਾ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਇੱਕਜੁੱਟਤਾ ਉਹ ਕੋਈ ਉਹਦੇ ਵਿੱਚ ਇਸ ਕਿਸਮ ਦਾ ਮੀਡੀਆ ਵੱਲੋਂ ਅਗਰ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਨਾ ਆਇਆ ਜਾਵੇ ਅਤੇ ਜਿਹੜੀ ਇੱਕਜੁੱਟਤਾ ਅੱਜ ਅਸੀਂ 10 ਵਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁਣੇ ਕਰਨ ਲੱਗੇ ਹਾਂ, 12 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ। ਜੋ ਵੀ ਸਾਡੇ ਕੋਲ ਆਊਗਾ ਲਿਖਤੀ ਤੌਰ 'ਤੇ ਉਹਦੇ 'ਤੇ ਵਿਚਾਰ ਕਰਾਂਗੇ, ਅਗਲੇ ਐਕਸ਼ਨ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ। ਸੋ ਇਹ ਜਿਹੜਾ ਮਤਲਬ ਕਿ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਤਾਕਤਾਂ ਵੱਲੋਂ ਜਾਂ ਮੀਡੀਆ ਵੱਲੋਂ ਉਹਦੇ ਤੋਂ ਸੁਚੇਤ ਰਹੋ, ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਨੇ ਬਿਲਕੁਲ ਇੱਕਜੁੱਟ ਹਨ।